ਝੁਕਣਾ ਮਨ ਕਰਕੇ ਵੀ ਝੁਕਣਾ ਤਨ ਕਰਕੇ ਵੀ ਨਿਮਰਤਾ ਤੇ ਮਨ ਕਰਕੇ ਵੀ ਬੋਲਾਂ ਵਿੱਚ ਬਿਠਾਉਸ ਬਚਨਾ ਵਿੱਚ ਬਿਠਾਉਸ ਹੋਵੇ ਬਿਠਾਉਸ ਹੋਵੇ ਹੁਣ ਐਸਾ ਜੀਵਨ ਕਿਵੇਂ ਬਣੇਗਾ ਉਹਦੇ ਲਈ ਸਾਧਨਾ ਕੈਸੀ ਚਾਹੀਦੀ ਹੈ ਸਾਧਨਾ ਦੇ ਬੋਲ ਕੈਸੇ ਚਾਹੀਦੇ ਨੇ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਦੂਜੇ ਸ਼ਬਦ ਵਿੱਚ ਇਸ ਤਰ੍ਹਾਂ ਫਰਮਾਉਂਦੇ ਨੇ ਮਹਿਲਾ ਪਹਿਲਾ पड़ पुस्तक संध्या बादम सिलपोज सुबगुल समादम मुख झूठ विवोकण सारम त्रैपाल तिहाल विचारम गड़माला तिलक लीलाटम दोय धोती वस्त्र कपाटम जे जानस ब्रह्मं कर्मं सब फोकट निश्यों कर्मं कहो नानक नहचो ध्यावे बिन सतगुरु वाट न पावे बिन सतगुरु वाट न पावे ए अगमई बोल ਧਾਨ ਗੁਰੂ ਨਾਨਕ ਸਾਹਿਬ ਦੇ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਸਾਹਿਬ ਜੀ ਕਹਿੰਦੇ ਨੇ ਕਿ ਜੇਕਰ ਮਨੁਖ ਨੂੰ ਇਸ ਗੱਲ ਦੀ ਸਮਝ ਆ ਜਾਵੇ ਕਿਸ ਗੱਲ ਦੀ ਜੇ ਜਾਣਸ ਬ੍ਰਹਮੰ ਕਰਮੰ ਕਿ ਬ੍ਰਹਮ ਦਾ ਅਸਲੀ ਕਰਮ ਕੀ ਹੈ ਭਗਤੀ ਦੀ ਅਸਲੀ ਯੁਗਤੀ ਕੀ ਹੈ ਜੇਕਰ ਕਿਸੇ ਨੂੰ ਸਮਝ ਆ ਜਾਵੇ ਜੇ ਜਾਣਸ ਬ੍ਰਹਮੰ ਕਰਮੰ ਤੇ ਫਿਰ ਉਸ ਨੂੰ ਇਹ ਖਬਰ ਮਿਲਦੀ ਹੈ ਕੇ ਬਾਕੀ ਦੇ ਜਿੰਨੇ ਵੀ ਕਰਮ ਨੇ ਉਹ ਸਾਰੇ ਦੇ ਸਾਰੇ ਫੋਕਟ ਨੇ ਫੋਕਟ ਨੇ ਜੇ ਅਸਲੀ ਖਬਰ ਮਿਲ ਜਾਵੇ ਅਸਲੀ ਗੱਲ ਸਮਝ ਆ ਜਾਵੇ ਫਿਰ ਮਨੁੱਖ ਨੇ ਕਹਿਣਾ ਹੈ ਜੇ ਜਾਣ ਸੁ ਬ੍ਰਹਮੰ ਕਰਮੰ ਸਭ ਫੋਕਟ ਨਿਸ਼ਚੈ ਕਰਮ ਫਿਰ ਜਿੰਨੇ ਵੀ ਕਰਮ ਨੇ ਸਾਰੇ ਦੇ ਸਾਰੇ ਫੋਕਟ ਨੇ ਜੇ ਅਸਲੀ ਗੱਲ ਸਮਝ ਆ ਜਾਵੇ ਅਸਲੀ ਹੁਣ ਮੈਂ ਅਰਜ ਕਰ ਰਿਹਾ ਇੱਕ ਇੱਕ ਬੋਲ ਨੂੰ ਸਮਝਣਾ ਸਮਝਣਾ ਸਾਹਿਬ ਜੀ ਕਹਿੰਦੇ ਨੇ ਪੜ ਪੁਸਤਕ ਸੰਧਿਆਬਾਦੰ ਜਿਤਨੇ ਵੀ ਧਾਰਮਿਕ ਗ੍ਰੰਥ ਨੇ ਉਹ ਪੜਨੇ ਵਿਚਾਰਨੇ ਤੇ ਫਿਰ ਬਾਦ ਵਿਵਾਦ ਕਰਨਾ ਤਰਕ ਵੀ ਤਰਕ ਕਰਨਾ ਹੈ ਧਾਰਮਿਕ ਗ੍ਰੰਥ ਪੜ ਕੇ ਤਰਕ ਵਿਤਰਕ ਕਰਨੇ ਧਾਰਮਿਕ ਗ੍ਰੰਥ ਪੜ ਕੇ ਆਪਣੇ ਜੀਵਨ ਦੇ ਵਿੱਚ ਉਹ ਅਲਫਾਜ ਵਸਾਣੇ ਨਹੀਂ ਪਰ ਤਰਕ ਵਿਤਰਕ ਕਰਨਾ ਤਰਕ ਵਿਤਰਕ ਸਾਹਿਬ ਜੀ ਕਹਿੰਦੇ ਨੇ ਤਰਕ ਵਿਤਰਕ ਵੀ ਕੀਤਾ ਤੇ ਉਸ ਤੋਂ ਬਾਅਦ ਫਿਰ ਕੀ ਕੀਤਾ ਪੜਾ ਪੁਸਤਕ ਸੰਧਿਆ ਬਾਦੰ ਸਿਲ ਪੂਜਸ ਬਗੁਲ ਸਮਾਰੰ ਪੱਥਰ ਦੀ ਪੂਜਾ ਪਈ ਕਰਦਾ ਹੈ ਤੇ ਸਮਾਧੀ ਬਗੁਲੇ ਵਰਗੀ ਹੈ ਬਗਲੇ ਵਰਗੀ ਕਹਿੰਦੇ ਨੇ ਕਿ ਬਾਗੁਲਾ ਇੱਕ ਲਤ ਤੇ ਖੜਾ ਹੁੰਦਾ ਹੈ ਪਾਣੀ ਦੇ ਵਿੱਚ ਇੱਕ ਲਤ ਤੇ ਇੱਕ ਲਤ ਤੇ ਖੜਾ ਹੁੰਦਾ ਹੈ ਤੇ ਇਵੇਂ ਜਪਦਾ ਹੈ ਜਿਵੇਂ ਬਹੁਤ ਵੱਡਾ ਭਗਤ ਹੋਵੇ ਬਹੁਤ ਵੱਡਾ ਪਰ ਉਹਦੀ ਜਿਹੜੀ ਸਮਾਦੀ ਹੈ ਸਾਹਿਬ ਜੀ ਕਹਿੰਦੇ ਨੇ ਉਹਦੀ ਸਮਾਦੀ ਸਮਾਦੀ ਨਹੀਂ ਉਹ ਇਸੇ ਇੰਤਜ਼ਾਰ ਦੇ ਵਿੱਚ ਹੈ ਕਿ ਕਦ ਮੇਰੇ ਸਾਹਮਣੇ ਮੱਛਲੀ ਆਵੇ ਤੇ ਮੈਂ ਉਸਨੂੰ ਪਕੜਾਂ ਉਸਨੂੰ ਪਕੜਾਂ ਇਹ ਉਹਦੀ ਸਮਾਦੀ ਹੈ ਸਾਹਿਬ ਜੀ ਕਹਿੰਦੇ ਨੇ ਤੂੰ ਪੱਥਰ ਦੀ ਪੂਜਾ ਕਰਦਾ ਰਿਹਾ ਤੂੰ ਬਗਲੇ ਦੀ ਸਮਾਦੀ ਲਗਾ ਕੇ ਬੈਠਾ ਰਿਹਾ ਤੇ ਤੂੰ ਧਾਰਮਿਕ ਪੁਸਤਕ ਵੀ ਪੜਦਾ ਰਿਹਾ ਅਰਵਾਦ ਵਿਵਾਦ ਵੀ ਕਰਦਾ ਰਿਹਾ ਤੇ ਸੰਧਿਆ ਵੀ ਕਰਦਾ ਰਿਹਾ ਸੰਧਿਆ ਕਹਿੰਦੇ ਨੇ ਸ਼ਾਮ ਨੂੰ ਵੀ ਪਾਠ ਕਰਨਾ ਸਵੇਰੇ ਵੀ ਪਾਠ ਕਰਨਾ ਇਹ ਸੰਧਿਆ ਇਹ ਸੰਧਿਆ ਪੜ ਪੁਸਤਕ ਸੰਧਿਆ ਬਾਦੰ ਸਿਲੇ ਪੂਜ ਸੁਬਗਲ ਸਮਾਦੰ ਸਾਹਿਬ ਜੀ ਕਹਿੰਦੇ ਨੇ ਮੁਖ ਝੂਠ ਵਿਭੋਕਣ ਸਰੰ ਰਸਨਾ ਚ ਝੂਠ ਵੀ ਹੈ ਝੂਠ ਵੀ ਹੈ ਪਰ ਸਾਹਿਬ ਜੀ ਕੀ ਕਹਿੰਦੇ ਨੇ ਕਿ ਮੁਖ ਝੂਠ ਵਿਭੋਕਣ ਸਰੰ ਜੇਕਰ ਤੂੰ ਝੂਠ ਵੀ ਬੋਲਦਾ ਹੈ ਤਾਂ ਸਜਾ ਕੇ ਬਿਬੁਖਣ ਕਹਿੰਦੇ ਨੇ ਆਭੂਸ਼ਣ ਨੂੰ ਆਭੂਸ਼ਣ ਗਹਿਣੇ ਜੇਕਰ ਝੂਠ ਵੀ ਬੋਲਦਾ ਹੈ ਤੇ ਇਤਨੇ ਵਿਸ਼ਵਾਸ ਦੇ ਨਾਲ ਕਿ ਦੂਜਾ ਮਨੁੱਖ ਸਮਝ ਲੈਂਦਾ ਕਿ ਬਿਲਕੁਲ ਸੱਚ ਕਹਿ ਰਿਹਾ ਹੈ ਬਿਲਕੁਲ ਸੱਚ ਕਹਿ ਰਿਹਾ ਹੈ ਝੂਠ ਵੀ ਇਸ ਤਰ੍ਹਾਂ ਬੋਲਦਾ ਹੈ ਜਿਵੇਂ ਬਿਲਕੁਲ ਸੱਚ ਹੈ ਬਿਲਕੁਲ ਸੱਚ ਹੈ ਔਰ ਕਿਤਨੀ ਦਫਾ ਮਨੁੱਖ ਕਹਿ ਦਿੰਦਾ ਹੈ ਕਿ ਮੈਂ ਜੋ ਕੁਝ ਵੀ ਕਹਿ ਰਿਹਾ ਮੈਂ ਸੱਚ ਕਹਿ ਰਿਹਾ ਨਾਲ ਇਹ ਵੀ ਜੋੜ ਦਿੰਦਾ ਹੈ ਪਾਵੇਂ ਝੂਠ ਪਈ ਬੋਲਦਾ ਹੈ ਪਰ ਕਹਿੰਦਾ ਮੈਂ ਸੱਚ ਬੋਲ ਰਿਹਾ ਸੱਚ ਔਰ ਝੂਠ ਨੂੰ ਬੋਲਦੀਆਂ ਬੋਲਦੀਆਂ ਕਹਿੰਦੇ ਨੇ ਉਸ ਗੱਲ ਤੇ ਯਕੀਨ ਹੋ ਜਾਂਦਾ ਹੈ ਯਕੀਨ ਮਨ ਨੂੰ ਮੰਨ ਲੈਂਦਾ ਹੈ ਇਹ ਠੀਕ ਹੈ ਰਿਹਾ ਹੋਵੇਗਾ ਠੀਕ ਔਰ ਐਸੀ ਕਰਕੇ ਗੁਸਤਾਖੀ ਮਾਫ ਕਰਨਾ মিডিਆ ਦੇ ਜਮਾਨੇ ਵਿੱਚ ਕੀ ਹੁੰਦਾ ਹੈ ਇੱਕ ਗੱਲ ਨੂੰ ਵਾਰ-ਵਾਰ ਰਿਪੀਟ ਕਰਨਾ ਇੱਕ ਗੱਲ ਨੂੰ ਇਹ ਸਾਬਣ ਬਹੁਤ ਚੰਗੀ ਹੈ ਭਾਵੇਂ ਕੁਝ ਵੀ ਨਾ ਹੋਵੇ ਸਾਬਣ ਦੇ ਵਿੱਚ ਬਹੁਤ ਚੰਗੀ ਹੈ ਬਹੁਤ ਚੰਗੀ ਹੈ ਇੱਕ ਗੱਲ ਨੂੰ ਵਾਰ-ਵਾਰ ਰਿਪੀਟ ਕਰਨਾ ਲੋਕ ਮੰਨ ਲੈਂਦੇ ਨੇ ਵਾਕੀ ਬਹੁਤ ਚੰਗੀ ਹੋਵੇਗੀ ਭਾਵੇਂ ਝੂਠ ਬੋਲਿਆ ਜਾ ਰਿਹਾ ਹੋਵੇ ਪਰ ਬਹੁਤ ਚੰਗੀ ਹੈ ਬਹੁਤ ਚੰਗੀ ਹੈ ਬਹੁਤ ਚੰਗੀ ਹੈ ਸੋਹਣੇ ਤਰੀਕੇ ਦੇ ਨਾਲ ਕਹਿਣਾ ਫਿਰ ਲੋਕ ਮੰਨ ਲੈਂਦੇ ਨੇ ਗੱਲ ਬਿਲਕੁਲ ਸੱਚੀ ਹੈ ਸੱਚੀ ਹੈ ਸਾਹਿਬ ਜੀ ਕਹਿੰਦੇ ਨੇ ਮੁਖਝੂਠ ਵਿਭੋਕਨਸਾਰੰ ਤੋ ਝੂਠ ਵੀ ਬੋਲਦਾ ਹੈ ਇਤਨੇ ਸੋਹਣੇ ਤਰੀਕੇ ਦੇ ਨਾਲ ਕਿ ਕਿਸੇ ਨੂੰ ਸ਼ੱਕ ਵੀ ਨਹੀਂ ਹੁੰਦਾ ਕਿ ਤੂੰ ਝੂਠ ਬੋਲ ਰਿਹਾ ਹੈ ਝੂਠ ਬੋਲ ਰਿਹਾ ਹੈ ਔਰ ਪਗਤੀ ਵੀ ਪਈ ਕਰਦਾ ਹੈ ਝੂਠ ਵੀ ਬੋਲਦਾ ਹੈ ਝੂਠ ਵੀ ਬੋਲਦਾ ਹੈ ਮੁਖ ਝੋਠ ਬਿਬੂ ਕਣ ਸਰੰ ਤ੍ਰੇਪਾਲ ਤਿਹਾਲ ਵਿਚਾਰੰ ਤ੍ਰੇਪਾਲ ਤ੍ਰੇਪਾਲ ਕਹਿੰਦੇ ਨੇ ਤਿੰਨ ਪਦੇ ਜਿਵੇਂ ਧੰਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਹੈ ਇੱਕ ਪਦੇ ਦੁਪਦੇ ਤਿਪਦੇ ਚੌਪਦੇ ਪੰਜ ਪਦੇ ਅਸ਼ਟਪਦੀ ਤੇ ਇਸੇ ਤਰ੍ਹਾਂ ਤਿੰਨ ਪਦਾਂ ਦੀ ਇੱਕ ਰਚਨਾ ਉਸ ਨੂੰ ਕਹਿੰਦੇ ਨੇ ਤ੍ਰਿਪਾਲ ਜਿਹੜੇ ਤਿੰਨ ਪਦ ਨੇ ਤ੍ਰਿਪਾਲ ਤਿਹਾਲ ਵਿਚਾਰੰ ਸਵੇਰੇ ਵੀ ਦੁਪਹਿਰ ਵੀ ਤੇ ਸ਼ਾਮ ਨੂੰ ਵੀ ਉਹਦਾ ਉਚਾਰਨ ਕਰਨਾ ਗਾਇਤਰੀ ਮੰਤਰ ਗਾਇਤਰੀ ਮੰਤਰ ਇਸ ਨੂੰ ਕਿਹਾ ਹੈ ਤ੍ਰਿਪਾਲ ਤਿੰਨੋਂ ਟਾਈਮ ਇਹਦਾ ਉਚਾਰਨ ਕਰਨਾ ਤ੍ਰਿਪਾਲ ਤਿਹਾਲ ਵਿਚਾਰੰ ਸਾਬ ਜੀ ਕਹਿੰਦੇ ਨੇ ਕਈ ਵਾਰ ਤਾਂ ਮਾਲਾ ਹੱਥ ਵਿੱਚ ਆਉਂਦੀ ਹੈ ਹੱਥ ਵਿੱਚ ਮਾਲਾ ਜਪਦੇ ਨੇ ਜਪਦੇ ਨੇ ਪਰ ਕਈ ਵਾਰ ਐਸਾ ਵੀ ਹੁੰਦਾ ਹੈ ਕਿ ਮਾਲਾ ਨੂੰ ਦਿਖਾਉਣ ਵਾਸਤੇ ਲੋਕ ਗਲ ਵਿੱਚ ਪਾ ਲੈਂਦੇ ਨੇ ਗਲ ਵਿੱਚ ਗਲ ਵਿੱਚ ਮਾਲਾ ਜਪਣੀ ਹੈ ਪਰ ਗਲ ਵਿੱਚ ਪਾ ਲੈਂਦੇ ਨੇ ਗਲ ਮਾਲਾ ਤਿਲਕ ਲਿਲਾਟੰ ਮੱਥੇ ਤੇ ਟਿੱਕਾ ਵੀ ਹੈ ਟਿੱਕਾ ਵੀ ਹੈ ਕਬੀਰ ਸਾਹਿਬ ਜੀ ਕਹਿੰਦੇ ਨੇ ਮਾਲਾ ਦੇ ਪਰਥਾਏ ਕਹਿੰਦੇ ਨੇ ਭਾਵੇਂ ਤੇਰਾ ਸਾਰਾ ਜੀਵਨ ਬੀਤ ਗਿਆ ਮਾਲਾ ਜਪਦਿਆਂ ਜਪਦਿਆਂ ਬੀਜਕ ਗ੍ਰੰਥ ਦੇ ਵਿੱਚ ਕਬੀਰ ਦੇ ਬੋਲ ਨੇ ਕਬੀਰ ਦੇ ਕਬੀਰ ਸਾਹਿਬ ਜੀ ਕਹਿੰਦੇ ਨੇ ਮਾਲਾ ਫੇਰਤ ਜੁਗ ਗਿਆ ਗਿਆ ਨ ਮਨ ਕਾ ਫੇਰ ਮਨ ਦੀ ਚਲਾਕੀ ਉਸੇ ਤਰ੍ਹਾਂ ਦੀ ਹੈ ਉਸੇ ਤਰ੍ਹਾਂ ਦੀ ਮਾਲਾ ਵੀ ਜਪ ਰਹੀ ਹੈ ਤੇ ਮਨ ਦੀ ਚਲਾਕੀ ਵੀ ਉਸੇ ਤਰ੍ਹਾਂ ਦੀ ਹੈ ਮਨ ਦਾ ਫੇਰ ਨਹੀਂ ਗਿਆ 헤ਰਾ ਫੇਰੀ ਨਹੀਂ ਗਈ ਮਾਲਾ ਫੇਰਤ ਜੁਗ ਗਿਆ ਗਿਆਨ ਮਨ ਕਾ ਫੇਰ ਕਬੀਰ ਸਾਹਿਬ ਜੀ ਕਹਿੰਦੇ ਨੇ ਕਰ ਕਾ ਮਨ ਕਾ ਢਾਰ ਦੇ ਮਨ ਕਾ ਮਨ ਕਾ ਫੇਰ ਇਹ ਹੱਥਾਂ ਦੀ ਮਾਲਾ ਸੁੱਟ ਦੇ ਆਪਣੇ ਮਨ ਨੂੰ ਸਮਾਰ ਮਨ ਨੂੰ ਮਨ ਨੂੰ ਹਰੀ ਦਾ ਜਾਪ ਕਰ ਸਿਮਰਨ ਕਰ ਇੱਕ ਓੰਕਾਰ ਦਾ ਵਾਹਿਗੁਰੂ ਦਾ ਮਨ ਨੂੰ ਸਮਾਰ ਮਨ ਨੂੰ ਸਾਹਿਬ ਜੀ ਕਹਿੰਦੇ ਨੇ ਮਾਲਾ ਆਪਣੇ ਗਲੇ ਵਿੱਚ ਪਾ ਲਈ ਮੱਥੇ ਤੇ ਟਿੱਕਾ ਲਗਾ ਲਿਆ ਗਲ ਮਾਲਾ ਤਿਲਕ ਲਿਲਾਟੰ ਦੋਈ ਧੋਤੀ ਵਸਤਰ ਕਪਾਟੰ ਦੋ ਧੋਤੀਆਂ ਰੱਖੀਆਂ ਨੇ ਸਚਤਾ ਸਚਤਾ ਤੇ ਜਦੋਂ ਪਾਠ ਵੀ ਕਰਨਾ ਸਿਰ ਟੱਕ ਕੇ ਦੋਈ ਧੋਤੀ ਵਸਤਰ ਕਪਾਟੰ ਸਿਰ ਤੇ ਕਪੜਾ ਰੱਖ ਲੈਣਾ ਕਪੜਾ ਰੱਖ ਲੈਣਾ ਪਰ ਇਹ ਜਿਤਨੇ ਵੀ ਕਰਮ ਕੀਤੇ ਬਾਹਰ ਦੇ ਕੀਤੇ ਪਰ ਅੰਦਰ ਜੇ ਕਰ ਕੁਝ ਵੀ ਅਨੁਭਵ ਨਹੀਂ ਹੋਇਆ ਸਾਹਿਬ ਜੀ ਕਹਿੰਦੇ ਨੇ ਜੇ ਜਾਨਸ ਬ੍ਰਹਮੰ ਕਰਮੰ ਸਭ ਫੋਕਟ ਨਿਸ਼ੋ ਕਰਮੰ ਸਾਰੇ ਦੇ ਸਾਰੇ ਫੋਕਟ ਨੇ ਸਾਰੇ ਦੇ ਸਾਰੇ ਫੋਕਟ ਨੇ ਜੇ ਜਾਨਸ ਬ੍ਰਹਮੰ ਕਰਮੰ ਸਭ ਫੋਕਟ ਨਿਸ਼ੋ ਕਰਮੰ ਹੁਣ ਦੂਜੀ ਪੰਕਤੀ ਵਿੱਚ ਸਾਹਿਬ ਜੀ ਕੀ ਕਹਿੰਦੇ ਨੇ ਕਹਿੰਦੇ ਨੇ ਕਾਹੋ ਨਾਨਕ ਨਹਿ ਚੋ ਧਿਆਵੇ ਹੁਣ ਆਪਣੀ ਗੱਲ ਕਹਿ ਰਹੇ ਨੇ ਸਾਹਿਬ ਜੀ ਆਪਣੀ ਗੱਲ ਕਿਉਂਕਿ ਉਸ ਵੇਲੇ ਦੇ ਵਿੱਚ ਲੋਕ ਬੰਦਗੀ ਕਰਦੇ ਸੀ ਪੱਥਰ ਦੀ ਪੂਜਾ ਹੱਥ ਵਿੱਚ ਮਾਲਾ ਮੱਥੇ ਤੇ ਟਿੱਕਾ ਜਾਂ ਫਿਰ ਧਾਰਮਿਕ ਗ੍ਰੰਥ ਪੜ੍ਹਨੇ ਬਾਅਦ ਵਿਵਾਦ ਕਰਨੇ ਰਸਨਾ 'ਚੇ ਝੂਠ ਵੀ ਹੈ ਪਰ ਬਹੁਤ ਸੋਹਣੇ ਤਰੀਕੇ ਦੇ ਨਾਲ ਸਮਾਰ ਕੇ ਸਜਾ ਕੇ ਕਿਸੇ ਨੂੰ ਪਤਾ ਨਾ ਲੱਗੇ ਸਾਹਿਬ ਜੀ ਨੇ ਸਾਰਿਆਂ ਵਿਚਾਰਾਂ ਸਾਹਮਣੇ ਰੱਖ ਕੇ ਫਿਰ ਆਪਣੀ ਗੱਲ ਕਹੀ ਹੈ ਆਪਣੀ ਗੱਲ ਕੀ ਕੀ ਆ ਸਾਹਿਬ ਨੇ ਕਹਣ ਲੱਗੇ ਕਾਹੋ ਨਾਨਕ ਨਹਿ ਚੋ ਧਿਆਵੇ ਹੁਣ ਗਾਵਨ ਦਾ ਆਪਣਾ ਆਪਣਾ ਤਰੀਕਾ ਹੈ ਸਾਰਿਆਂ ਦਾ ਸਾਰਿਆਂ ਦਾ ਸਾਰੇ ਦੇ ਸਾਰੇ ਗਾਉਂਦੇ ਨੇ ਪਰ ਕਿਸ ਤਰ੍ਹਾਂ ਗਾ ਰਹੇ ਨੇ ਮੈਂ ਅਰਜ ਕਰਦਾ ਹਾਂ ਸਮਝਣਾ ਦੁਨੀਆਂ ਦੇ ਵਿੱਚ ਕੁਝ ਲੋਕ ਐਸੇ ਨੇ ਜਿਹੜੇ ਧਾਰਮਿਕ ਅਸਥਾਨਾਂ ਤੇ ਬੈਠੇ ਹੁੰਦੇ ਨੇ ਜ਼ਰੂਰ ਪਰ ਨਿਸ਼ਚਾ ਨਹੀਂ ਹੁੰਦਾ ਬੈਠੇ ਨੇ ਪਰ ਨਿਸ਼ਚਾ ਬਿਲਕੁਲ ਨਹੀਂ ਹੈ ਧਾਰਮਿਕ ਖੇਡ ਵੀ ਖੇਡਦੇ ਨੇ ਪਰ ਪ੍ਰਭੂ ਤੇ ਯਕੀਨ ਨਹੀਂ ਹੈ ਮੌਜ ਉਹਨਾਂ ਦੀ ਆਪਣੀ ਹੈ ਆਪਣੀ ਕਹਿੰਦੇ ਨੇ ਕਿ ਐਸੇ ਮਨੁੱਖ ਨੂੰ ਜਦੋਂ ਝੋਟ ਲੱਗਦੀ ਹੈ ਉਹ ਤਾਂ ਕਰਕੇ ਵਿਸ਼ਵਾਸ ਕਰਦਾ ਹੈ ਤਾਂ ਕਰਕੇ ਜਦੋਂ ਜੀਵਨ ਦੇ ਵਿੱਚ ਬਹੁਤ ਗਹਿਰੀ ਝੋਟ ਲੱਗਦੀ ਹੈ ਤਾਂ ਯਕੀਨ ਤਾਂ ਭਰੋਸਾ ਜਦੋਂ ਤੱਕ ਝੋਟ ਨਹੀਂ ਲੱਗਦੀ ਉਦੋਂ ਤੱਕ ਗਾ ਰਹੇ ਨੇ ਬੈਠੇ ਨੇ ਧਾਰਮਿਕ ਸਥਾਨਾਂ ਤੇ ਪਰ ਪ੍ਰਭੂ ਤੇ ਯਕੀਨ ਨਹੀਂ ਹੈ ਯਕੀਨ ਨਹੀਂ ਹੈ ਜਿਵੇਂ ਕਹਿੰਦੇ ਨੇ ਕਿ ਕਿਸੇ ਮਨੁੱਖ ਨੇ ਕਿਸੇ ਵਿਦਵਾਨ ਦੀ ਕਿਤਾਬ ਛਾਪੀ ਹੈ ਵਿਚਾਰ ਛਾਪੇ ਨੇ ਤੇ ਥੱਲੇ ਕੀ ਲਿਖਿਆ ਹੈ ਕਿਤਾਬ ਵੀ ਖੁਦ ਛਾਪ ਰਿਆ ਹੈ ਤੇ ਉਹਨਾਂ ਦੇ ਵਿਚਾਰਾਂ ਨੂੰ ਦੇਖ ਕੇ ਮੋਹਿਤ ਵੀ ਹੋਇਆ ਹੈ ਤੇ ਕਿਤਾਬ ਦੇ ਥੱਲੇ ਲਿਖ ਵੀ ਦਿੱਤਾ ਇਹਨਾਂ ਵਿਚਾਰਾਂ ਦੇ ਨਾਲ ਮੇਰੀ ਕੋਈ ਸਹਿਮਤੀ ਨਹੀਂ ਹੈ ਲਿਖ ਵੀ ਦਿੱਤਾ ਕਿਤਾਬ ਵੀ ਲਿਖ ਰਿਆ ਹੈ ਵਿਚਾਰ ਵੀ ਬਹੁਤ ਸੋਹਣੇ ਨੇ ਫਿਰ ਲਿਖਦਾ ਹੈ ਇਹਨਾਂ ਵਿਚਾਰਾਂ ਦੇ ਨਾਲ ਮੇਰੀ ਕੋਈ ਸਹਿਮਤੀ ਨਹੀਂ ਹੈ ਯਾਨੀ ਕਿ ਯਕੀਨ ਨਹੀਂ ਹੈ ਵਿਸ਼ਵਾਸ ਨਹੀਂ ਹੈ ਭਰੋਸਾ ਨਹੀਂ ਹੈ ਸਾਹਿਬ ਜੀ ਕਹਿੰਦੇ ਨੇ ਕਿ ਦੁਨੀਆਂ ਦੇ ਵਿੱਚ ਕੁਝ ਲੋਕ ਐਸੇ ਨੇ ਜਿਨ੍ਹਾਂ ਦਾ ਪ੍ਰਭੂ ਤੇ ਯਕੀਨ 50% ਦੀ ਹੈ 50% ਦੀ ਔਰ 50% ਦੀ ਕੀ ਹੈ ਸ਼ੰਕਾ 50% ਦੀ ਸ਼ਰਧਾ 50% ਦੀ ਸ਼ੰਕਾ ਹੁਣ ਇਸੇ ਤਰ੍ਹਾਂ ਦੀ ਖੇਡ ਚੱਲ ਰਹੀ ਹੈ ਇਸੇ ਤਰ੍ਹਾਂ ਦੀ ਕੁਝ ਪਕੜ ਪਰਿਵਾਰ ਦੀ ਐ ਅੱਧੀ ਪਕੜ ਪਰਮਾਤਮਾ ਦੀ ਅੱਧੀ ਪਕੜ ਧਨ ਦੀ ਅੱਧੀ ਪਕੜ ਧਰਮ ਦੀ ਅੱਧੀ ਪਕੜ ਮਕਾਨ ਦੀ ਅੱਧੀ ਪਕੜ ਮੰਦਿਰ ਦੀ ਇਸ ਨੂੰ ਸਿਆਣੇ ਕਹਿੰਦੇ ਨੇ ਇੱਕ ਕਦਮ ਸ਼ਰਦਾ ਦਾ ਅੱਗੇ ਰੱਖਿਆ ਦੂਜਾ ਕਦਮ ਸ਼ੰਕਾ ਦਾ ਪਿੱਛੇ ਰੱਖਿਆ ਪਿੱਛੇ ਰੱਖਿਆ ਔਰ 40 ਸਾਲ ਬੀਤ ਗਏ ਮਨੁੱਖ ਕਿਤੇ ਵੀ ਨਹੀਂ ਪਹੁੰਚਿਆ ਉੱਥੇ ਦਾ ਉੱਥੇ ਖੜਾ ਹੈ ਉੱਥੇ ਦਾ ਉੱਥੇ ਬੰਦਗੀ ਵੀ ਰੋਜ਼ ਕਰਦਾ ਹੈ ਸਿਮਰਨ ਵੀ ਕਰਦਾ ਹੈ ਸੰਗਤ ਵੀ ਕਰਦਾ ਹੈ ਲੇਕਿਨ ਇੱਕ ਕਦਮ ਸ਼ਰਦਾ ਦਾ ਇੱਕ ਕਦਮ ਸ਼ੰਕਾ ਦਾ ਖਬਰ ਨਹੀਂ ਰੱਬ ਹੈ ਕਿ ਨਹੀਂ ਹੈ ਖਬਰ ਨਹੀਂ ਹੈ ਖਬਰ ਨਹੀਂ ਕਹਿੰਦੇ ਨੇ ਮਨੁੱਖ ਦੀ ਦਸ਼ਾ ਫਿਰ ਇਸ ਤਰ੍ਹਾਂ ਦੀ ਹੈ ਇਸ ਤਰ੍ਹਾਂ ਦੀ ਜਿਵੇਂ ਮਧਾਣੀ ਨੂੰ ਰੱਸੀ ਲਪੇਟ ਕੇ ਤੇ ਇੱਕ ਪਾਸੇ ਇੱਕ ਮਨੁੱਖ ਖਿੱਚੇ ਦੂਜੇ ਪਾਸੇ ਦੂਜਾ ਮਨੁੱਖ ਖਿੱਚੇ ਤਾਂ ਕਹਿੰਦੇ ਨੇ ਉਸ ਮਧਾਣੀ ਤਾਂ ਭਰਤਾ ਹੋ ਜਾਵੇਗਾ ਭਰਤਾ ਹੋ ਜਾਵੇਗਾ ਮਨੁੱਖ ਦੀ ਵੀ ਦਸ਼ਾ ਇਹੀ ਹੈ ਕਿ ਇੱਕ ਪਾਸੇ ਸ਼ਰਦਾ ਦੀ ਰਸੀ ਖਿੱਚ ਰਹੀ ਹੈ ਦੂਜੇ ਪਾਸੇ ਸ਼ੰਕਾ ਦੀ ਰਸੀ ਖਿੱਚ ਰਹੀ ਹੈ ਸ਼ੰਕਾ ਕਦੇ ਸ਼ੰਕਾ ਕਦੇ ਸ਼ਰਦਾ ਕਦੇ ਸ਼ੰਕਾ ਕਦੇ ਸ਼ਰਦਾ 50 ਸਾਲ ਹੋ ਗਏ ਬੰਦਗੀ ਕਰਦੀਆਂ ਕਰਦੀਆਂ ਉੱਥੇ ਦੇ ਉੱਥੇ ਉਹੀ ਬੋਲ ਉਹੀ ਕਠੋਰਤਾ ਉਹੀ ਹੰਕਾਰ ਉਹੀ ਸਭ ਕੁਝ ਹੈ ਉਹੀ ਸਭ ਕੁਝ ਹੈ ਔਰ ਗੁਸਤਾ ਕੀ ਮਾਫ ਕਰਨਾ ऐसे ਲੋਕਾਂ ਨੂੰ ਦੇਖ ਕੇ ਉਹਨਾਂ ਦੇ ਬੱਚੇ ਨਾਸਤਿਕ ਬਣ ਜਾਂਦੇ ਨੇ ਨਾਸਤਿਕ ਉਹਨਾਂ ਦੇ ਬੱਚੇ ਕਹਿ ਦਿੰਦੇ ਨੇ 40 ਸਾਲ ਹੋ ਗਏ ਤੈਨੂੰ ਸੰਗਤ ਕਰਦਿਆਂ ਤੇਰੀ ਭਾਸ਼ਾ ਨਹੀਂ ਬਦਲੀ ਮੈਂ ਕੀ ਕਰਨਾ ਹੈ ਉੱਥੇ ਜਾ ਕੇ ਮੈਂ ਕੀ ਕਰਨਾ ਹੈ ਤੈਨੂੰ 50 ਸਾਲ ਹੋ ਗਏ ਤੇਰੇ ਵਿੱਚ ਨਿਮਰਤਾ ਨਹੀਂ ਆਈ ਮੈਂ ਕੀ ਕਰਨਾ ਹੈ ਉੱਥੇ ਜਾ ਕੇ ਮੈਂ ਕੀ ਕਰਨਾ ਹੈ ਔਰ ਇਹੀ ਕਾਰਨ ਹੈ ਕਿ ਬੱਚੇ ਪਤਿਤੋਂਦੇ ਜਾ ਰਹੇ ਨੇ ਪਤਿਤੋਂਦੇ ਜਾ ਰਹੇ ਨੇ ਇਹੀ ਕਾਰਨ ਹੈ ਜੇਕਰ ਸਾਡੀ ਸ਼ਰਧਾ ਪੂਰੀ ਹੋਵੇ ਯਕੀਨ ਪੂਰਾ ਹੋਵੇ ਭਰੋਸਾ ਪੂਰਾ ਹੋਵੇ ਸਾਡੇ ਬੋਲ ਵੀ ਬਦਲਣਗੇ ਸਾਡੇ ਵਿੱਚ ਨਿਮਰਤਾ ਵੀ ਆਵੇਗੀ ਸਾਡੇ ਬੱਚੇ ਦੇਖਣਗੇ ਕਹਿਣਗੇ ਆਪ ਜੀ ਦਾ ਜੀਵਨ ਬਦਲ ਗਿਆ ਮੇਰਾ ਵੀ ਬਦਲੇਗਾ ਮੇਰਾ ਵੀ ਬਦਲੇਗਾ ਸਾਹਿਬ ਜੀ ਕਹਿੰਦੇ ਨੇ ਕਾਹੋ ਨਾਨਕ ਨਹਿ ਚੋ ਧਿਆਵੇ ਵਿਸ਼ਵਾਸ ਦੇ ਨਾਲ ਯਕੀਨ ਦੇ ਨਾਲ ਹੁਣ ਐਸਾ ਯਕੀਨ ਮੈਂ ਛੋਟੀ ਜੀ ਹੋਰ ਅਰਜ਼ ਕਰ ਦਵਾਂ ਫਿਰ ਅੱਗੇ ਚੱਲਣਾ ਕਹਿੰਦੇ ਨੇ ਕਿ ਇੱਕ ਪਾਦਰੀ ਨੂੰ ਲੋਕ ਕਹਿੰਦੇ ਨੇ ਕਿ ਆਪ ਜੀ ਨੇ ਪ੍ਰੇਅਰ ਕਰਨੀ ਹੈ ਤਾਂ ਕਰਕੇ ਬਰਸਾਤ ਹੋਵੇ ਬਰਸਾਤ ਹੁਣ ਪਾਦਰੀ ਕਹਿੰਦਾ ਹੈ ਮੈਂ ਜ਼ਰੂਰ ਕਰਾਂਗਾ ਜ਼ਰੂਰ ਪਰ ਉਹ ਕੀ ਕਹਿੰਦਾ ਹੈ ਪਾਦਰੀ ਮਨ ਵਿੱਚ ਸੋਚਦਾ ਹੈ ਕਿ ਪ੍ਰੇਅਰ ਕਰਨ ਦੇ ਨਾਲ ਜੇਕਰ ਬਰਸਾਤ ਹੋ ਜਾਵੇ ਤਾਂ ਫਿਰ ਜਦੋਂ ਮਰਜ਼ੀ ਪ੍ਰੇਅਰ ਕਰ ਲੈਵੋ ਤੇ ਬਰਸਾਤ ਮੰਗ ਲਵੋ ਪਰ ਇਹ ਇਹਨਾਂ ਦੀ ਸੋਚ ਹੈ ਤੇ ਮੇਰੀ ਵੀ ਨੌਕਰੀ ਹੈ ਨੌਕਰੀ ਹੈ ਜਦੋਂ ਉਹ ਚਰਚ ਵਿੱਚ ਜਾਂਦਾ ਹੈ ਪ੍ਰੇਰ ਕਰਨ ਵਾਸਤੇ ਤਾਂ ਪਾਦਰੀ ਦਾ ਛੋਟਾ ਜਿਹਾ ਬੱਚਾ ਉਹ ਕਹਿੰਦਾ ਮੈਂ ਵੀ ਚੱਲਣਾ ਹੈ ਮੈਂ ਵੀ ਮੈਂ ਵੀ ਚੱਲਣਾ ਹੈ ਤੇ ਪਾਦਰੀ ਦਾ ਬੱਚਾ ਵੀ ਜਾ ਰਿਹਾ ਹੈ ਤੇ ਉਹ ਬੱਚਾ ਆਪਣੇ ਪਿਤਾ ਨੂੰ ਕੀ ਕਹਿੰਦਾ ਹੈ ਫਾਦਰ ਨੂੰ ਕੀ ਕਹਿੰਦਾ ਹੈ ਜਰਾ ਚੰਦ ਮਿੰਟ ਠਹਿਰ ਜਾਓ ਚੰਦ ਮਿੰਟ ਮੈਂ ਆਪਣੇ ਘਰ ਤੋਂ ਛਾਤਾ ਲੈ ਕੇ ਆਉਣਾ ਛਾਤਾ ਕਿਉਂਕਿ ਤੁਸੀਂ ਪ੍ਰੇਰਨ ਕਰੋਗੇ ਬਰਸਾਤ ਹੋਵੇਗੀ ਫਿਰ ਸਾਨੂੰ ਪਿਜਣਾ ਪਏਗਾ ਇਸ ਕਰਕੇ ਮੈਂ ਛਾਤਾ ਲੈ ਕੇ ਆਉਣਾ ਅੰਬਰੇਲਾ ਲੈ ਕੇ ਆਉਣਾ ਕਹਿੰਦੇ ਨੇ ਪਾਦਰੀ ਹੱਸ ਪਿਆ ਤੇ ਹੱਸਦੇ ਹੋਏ ਕਹਿੰਦਾ ਹੈ ਕਿ ਬੱਚੇ ਦਾ ਬੱਚਾ ਰਹਾ ਤੂੰ ਬੱਚੇ ਦਾ ਬੱਚਾ ਕਿਉਂਕਿ ਪ੍ਰਾਰਥਨਾ ਦੇ ਨਾਲ ਕਦੇ ਬਰਸਾਤ ਹੋਈ ਹੈ ਪਰ ਬੱਚਾ ਹੈ ਤੇਰੀ ਆਪਣੀ ਸਮਝ ਹੈ ਜਾ ਕੇ ਲਿਆ ਲਿਆ ਕਹਿੰਦੇ ਨੇ ਕਿ ਉਹ ਬੱਚਾ ਛਾਤਾ ਲੈ ਕੇ ਆਉਂਦਾ ਹੈ ਫਿਰ ਪਹੁੰਚਦੇ ਨੇ ਚਰਚ ਵਿੱਚ ਪ੍ਰੇਅਰ ਹੁੰਦੀ ਹੈ ਪ੍ਰਾਰਥਨਾ ਹੁੰਦੀ ਹੈ ਤੇ ਉਸ ਤੋਂ ਬਾਅਦ ਜਦੋਂ ਬਾਹਰ ਨਿਕਲਦੇ ਨੇ ਤੇ ਬਰਸਾਤ ਹੋ ਰਹੀ ਹੁੰਦੀ ਹੈ ਬਰਸਾਤ ਪ੍ਰਾਰਥਨਾ ਦੇ ਨਾਲ ਨਹੀਂ ਬੱਚੇ ਦੇ ਯਕੀਨ ਦੇ ਨਾਲ ਬੱਚੇ ਦੇ ਭਰੋਸੇ ਦੇ ਨਾਲ ਬਰਸਾਤ ਹੋ ਰਹੀ ਹੈ ਬਰਸਾਤ ਹੋ ਰਹੀ ਹੈ ਤਾਂ ਮੈਂ ਅਰਜ਼ ਕਰ ਰਿਹਾ ਸੀ ਯਕੀਨ ਚਾਹੀਦਾ ਹੈ ਭਰੋਸਾ ਚਾਹੀਦਾ ਹੈ ਭਰੋਸਾ ਇਹ ਭਰੋਸਾ ਕਿੱਥੋਂ ਮਿਲੇਗਾ ਸਾਹਿਬ ਜੀ ਕਹਿੰਦੇ ਨੇ ਕਹੋ ਨਾਨਕ ਨਹਿ ਚੋ ਧਿਆਵੇ ਬਿਨ ਸਤਗੁਰ ਵਾਟ ਨ ਪਾਵੇ ਗੁਰੂ ਤੋਂ ਬਗੈਰ ਸਾਨੂੰ ਮਾਰਗ ਨਹੀਂ ਮਿਲੇਗਾ ਗੁਰੂ ਤੋਂ ਬਗੈਰ ਗੁਰੂ ਕੀ ਧਾਨ ਗੁਰੂ ਗ੍ਰੰਥ ਸਾਹਿਬ ਜੀ ਦੀ ਬੋਲ ਧਾਨ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਗਿਆਨ ਅਪਰੇਸ਼ ਇਹ ਸਾਨੂੰ ਮਾਰਗ ਦਿਖਾਉ ਰਹੇ ਨੇ ਰਾਹ ਦਿਖਾ ਰਹੇ ਨੇ ਰਾਹ ਹੁਣ ਜੇਕਰ ਮਨੁਕ ਇਸ ਮਾਰਗ ਤੇ ਤੁਰ ਪਵੇ ਤਾਂ ਸਮਝ ਲੈਣਾ ਉਹਦਾ ਸਾਰਾ ਜੀਵਨ ਪਰਮਾਤਮਾ ਦੇ ਦਰ ਤੇ ਪ੍ਰਵਾਨ ਹੋ ਜਾਵੇਗਾ ਪਰਵਾ ਪਾਉੜੀ ਜੀ ਪਾਉੜੀ ਦੇ ਵਿੱਚ ਸਾਹਿਬ ਜੀ ਕਹਿੰਦੇ ਨੇ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੀਏ ਮਨ ਭਾਵ ਦੇ ਰਹਾ ਭੀੜੇ ਅੱਗੇ ਜਾਵਣਾ ਨੰਗਾ ਦੂਜਕ ਚਾਲਿਆ ਤਾਂ ਦਿਸੈ ਖਰਾ ਡਰਾਵਣਾ ਕਰ আওਗਣ ਪਛਤਾਵਣਾ ਕਰ আওਗਣ ਪਛਤਾਵਣਾ ਕਿਤਨੇ ਕੀਮਤੀ ਬੋਲ ਨੇ ਸਾਹਿਬ ਦੇ ਕਿਤਨੇ ਕੀਮਤੀ ਸਾਹਿਬ ਜੀ ਕਹਿੰਦੇ ਨੇ ਕਿ ਕਪੜ ਰੂਪ ਸੁਹਾਵਣਾ ਬਹੁਤ ਸੋਹਣੇ ਲੱਗਦੇ ਨੇ ਕਪੜੇ ਤੇ ਸੁੰਦਰਤਾ ਬਹੁਤ ਸੋਹਣੀ ਬਹੁਤ ਸੋਹਣੀ पर मनुख की करदा है इस सुंदरता ਨੂੰ ਹੋਰ ਸਮਾਰਦਾ ਹੈ ਹੋਰ ਸਿਆਣੇ ਕਹਿੰਦੇ ਨੇ ਕਿ ਜੇਕਰ ਪਰਮਾਤਮਾ ਦੀ ਕੁਦਰਤ ਨੂੰ ਕਾਰ ਦੇ ਨਾਲ ਦੇਖੀਏ ਕਾਰ ਦੇ ਨਾਲ ਜਿਤਨਾ ਸੁੰਦਰ ਮਨੁੱਖ ਹੈ ਉਤਨਾ ਸੁੰਦਰ ਪਸ਼ੂ ਨਹੀਂ ਹੈ ਜਿਤਨਾ ਸੁੰਦਰ ਮਨੁੱਖ ਹੈ ਉਤਨਾ ਸੁੰਦਰ ਪੰਛੀ ਨਹੀਂ ਹੈ ਜਲਚਰ ਨਹੀਂ ਹੈ ਨਭਚਰ ਨਹੀਂ ਹੈ ਦਰਖਤ ਨਹੀਂ ਹਨ ਜਿਤਨਾ ਸੁੰਦਰ ਮਨੁੱਖ ਹੈ ਮਨੁੱਖ ਹੈ ਪਰਮਾਤਮਾ ਨੇ ਮਨੁੱਖ ਨੂੰ ਬਣਾਇਆ ਤਾਂ ਸਿਆਣੇ ਕਹਿੰਦੇ ਨੇ ਬਹੁਤ ਤਸੱਲੀ ਦੇ ਨਾਲ ਬਣਾਇਆ ਤਸੱਲੀ ਦੇ ਨਾਲ ਮਨੁੱਖ ਨੂੰ ਕਿੰਨੀ ਸੁੰਦਰ ਅੱਖਾਂ ਨੇ ਕਿਤਨੇ ਸੁੰਦਰ ਕੰਨ ਨੇ ਕਿਤਨੀ ਸੁੰਦਰ ਜੇਬਾ ਹੈ ਕਿਤਨੇ ਸੋਹਣੇ ਹੱਥ ਨੇ ਕਿਤਨੇ ਸੋਹਣੇ ਪੈਰ ਨੇ ਕਿਤਨੇ ਸੁੰਦਰ ਇਹਦਾ ਆਕਾਰ ਤੇ ਰੂਪ ਤੇ ਖਿਆਲ ਕਿਤਨੇ ਸੁੰਦਰ ਕਿਤਨੇ ਸੁੰਦਰ ਸਾਹਿਬ ਜੀ ਕਹਿੰਦੇ ਨੇ ਇਹ ਸੁੰਦਰਤਾ ਕਿਸ ਕਰਕੇ ਬਣਾਈ ਕਿਸ ਕਰਕੇ ਸਾਹਿਬ ਜੀ ਕਹਿੰਦੇ ਨੇ ਤੈਨੂੰ ਅੱਖਾਂ ਇਸ ਕਰਕੇ ਦਿੱਤੀਆਂ ਨੇ ਤੂੰ ਪ੍ਰਭੂ ਨੂੰ ਦੇਖ ਪ੍ਰਭੂ ਨੂੰ ਕੰਨ ਇਸ ਕਰਕੇ ਦਿੱਤੇ ਨੇ ਤੂੰ ਪ੍ਰਭੂ ਨੂੰ ਸੁਣ ਭਾਈ ਨੰਦ ਲਾਲ ਜੀ ਕਹਿੰਦੇ ਨੇ ਸਾਹਿਬੇ ਕਮਾਲ ਦੀ ਪਨਾਹ ਵਿੱਚ ਸ਼ਰਨ ਵਿੱਚ ਤੇ ਆਪਣੇ ਆਪ ਨੂੰ ਸੰਬੋਧਨ ਕਰਕੇ ਕਹਿੰਦੇ ਨੇ ਕਿ ਜੇਕਰ ਤੇਰੇ ਕੋਲ ਅੱਖਾਂ ਨੇ ਤੇ ਸਬੂਤ ਦੇ ਜੇਕਰ ਤੇਰੇ ਕੋਲ ਕੰਨ ਮੌਜੂਦ ਨੇ ਤਾਂ ਸਬੂਤ ਦੇ ਜੇਕਰ ਤੇਰੇ ਕੋਲ ਜਹਿਬਾ ਮੌਜੂਦ ਹੈ ਤਾਂ ਸਬੂਤ ਦੇ ਜੇਕਰ ਤੇਰੇ ਕੋਲ ਪੈਰ ਮੌਜੂਦ ਨੇ ਤਾਂ ਸਬੂਤ ਦੇ ਸਬੂਤ ਹੁਣ ਕੀ ਸਬੂਤ ਹਰ ਇੱਕ ਨੇ ਕਹਿ ਦੇਣਾ ਮੇਰੇ ਕੋਲ ਅੱਖਾਂ ਨੇ ਇਹ ਸਬੂਤ ਹੈ ਪਾਈ ਸਾਹਿਬ ਜੀ ਕਹਿੰਦੇ ਨੇ ਨਹੀਂ ਇਹ ਸਬੂਤ ਨਹੀਂ ਹੈ ਨਹੀਂ ਹੈ ਜੇ ਤੇਰੇ ਕੋਲ ਅੱਖਾਂ ਨੇ ਤੇ ਨਿਰੰਕਾਰ ਨੂੰ ਦੇਖ ਜੇ ਤੇਰੇ ਕੋਲ ਕੰਨ ਹਨ ਨਿਰੰਕਾਰ ਨੂੰ ਸੁਣ ਜੇ ਤੇਰੇ ਕੋਲ ਪੈਰ ਨੇ ਤਾ ਚੱਲ ਕੇ ਸੰਗਤ ਵਿੱਚ ਆ ਸੰਗਤ ਵਿੱਚ ਆ ਜੇ ਤੇਰੇ ਕੋਲ ਹੱਥ ਨੇ ਤਾਂ ਫਿਰ ਸੰਗਤ ਦੀ ਸੇਵਾ ਕਰ ਸੇਵਾ ਕਰ ਇਹ ਸਬੂਤ ਹੈ ਇਹ ਸਬੂਤ ਹੈ ਪਰ ਮਨੁੱਖ ਨੇ ਕੀ ਕੀਤਾ ਆਪਣੇ ਸਰੀਰ ਦੇ ਨਾਲ ਜੁੜ ਗਿਆ ਮੋਹ ਪੈ ਗਿਆ ਸਰੀਰ ਦੇ ਨਾਲ ਔਰ ساری ਜ਼ਿੰਦਗੀ ਸਰੀਰ ਨੂੰ ਸੰਵਾਰਦਾ ਰਿਹਾ ਸੰਵਾਰਦਾ ਰਿਹਾ ਤੇ ਜਦੋਂ ਵੀ ਕਦੇ ਇਸ ਨੇ ਗੱਲ ਸੁਣ ਲਈ ਕਿ ਮੌਤ ਆਉਣ ਵਾਲੀ ਹੈ ਤੇ ਮਨੁੱਖ ਡਰ ਜਾਂਦਾ ਹੈ શરીર ਛੱਡਣਾ ਪੈਗਾ ਘਰ ਛੱਡਣਾ ਪੈਗਾ ਬੱਚੇ ਛੱਡਣੇ ਪੈਣਗੇ ਸਾਹਿਬ ਜੀ ਕਹਿੰਦੇ ਨੇ ਕੱਪੜ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਮਣਾ ਇਹ ਅਟਲ ਸਚਾਈ ਹੈ ਅਟਲ ਸਚਾਈ ਇੱਕ ਦਿਨ ਤੈਨੂੰ ਜਾਣਾ ਪੈਗਾ ਇਹ ਸਰੀਰ ਛੱਡ ਕੇ ਜਾਣਾ ਪੈਗਾ ਜਾਣਾ ਪੈਗਾ ਪਰ ਉਸ ਤੋਂ ਪਹਿਲਾਂ ਆਪਣੇ ਘਰ ਨੂੰ ਸੰਭਾਲ ਲੈ ਉਸ ਤੋਂ ਪਹਿਲਾਂ ਆਪਣਾ ਘਰ ਬਣਾ ਲੈ ਉਸ ਤੋਂ ਪਹਿਲਾਂ ਆਪਣੇ ਘਰ ਦੀ ਖਬਰ ਲੈ ਜੇਕਰ ਤੇਰਾ ਘਰ ਬਣ ਗਿਆ ਤੇ ਫਿਰ ਕੀ ਕਰਦੇ ਆਂ ਅਸੀਂ ਆਪਣੀ ਗੱਡੀ ਨੂੰ ਬਾਹਰ ਖੜੀ ਕਰ ਦਿੰਨੇ ਆ ਤੇ ਅਸੀਂ ਚਲੇ ਜਾਂਦੇ ਆ ਆਪਣੇ ਘਰ ਵਿੱਚ ਆਪਣੇ ਘਰ ਵਿੱਚ ਇਹ ਸਰੀਰ ਤੇਰਾ ਇੱਕ ਵਾਹਨ ਹੈ ਇੱਕ ਗੱਡੀ ਹੈ ਤੇ ਇਸ ਗੱਡੀ ਦੇ ਨਾਲ ਸਫ਼ਰ ਕਰਕੇ ਪ੍ਰਭੂ ਦੇ ਦਰ ਤੇ ਪਹੁੰਚ ਉਸ ਤੋਂ ਬਾਅਦ ਗੱਡੀ ਨੂੰ ਇੱਕ ਪਾਸੇ ਛੱਡ ਦੇਣਾ ਤੂੰ ਰੱਬ ਦੇ ਕੋਲ ਪਹੁੰਚ ਜਾਣਾ ਰਬ ਦੇ ਕੋਲ ਰਬ ਦੇ ਕੋਲ ਨਾ ਕਿ ਇਹਦੇ ਨਾਲ ਮੋਹ ਕਰਨਾ ਹੈ ਅਸੀਂ ਮੋਹ ਕਰਦੇ ਹਾਂ ਇਸ ਦੇ ਨਾਲ ਕੰਮ ਲੈਣਾ ਹੈ ਬੰਦਗੀ ਕਰਨੀ ਹੈ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਨੇ ਅੰਤਰ ਗੁਰੂ ਆਰਾਧਣਾ ਜਿਹਾ ਜਪ ਗੁਰੂ ਨਾਮੋ ਨੇਤਰੀ ਸਤਗੁਰੂ ਪੇਖਣਾ ਹਰ ਇੱਕ ਗੱਲ ਸਮਝਾ ਦਿੰਦੀ ਹੈ ਹਰ ਇੱਕ ਗੱਲ ਕਿਉਂ ਕਿਉਂਕਿ ਇੱਕ ਦਿਨ ਛੱਡਣਾ ਪੈਗਾ ਛੱਡਣਾ ਪੈਗਾ ਅਰ ਜਦੋਂ ਇੱਕ ਦਿਨ ਛੱਡਣਾ ਪੈਗਾ ਤਫਰੀ ਕਿਉਂ ਨਾ ਅਸੀਂ ਕੰਮ ਕਰ ਲਈਏ ਜਿਹਦੇ ਲਈ ਅਸੀਂ ਆਏ ਆਂ ਆਏ ਇੱਕ ਸ਼ਾਇਰ ਕੀ ਲਿਖਦਾ ਹੈ ਕਿ ਜਾਨ ਦੇਦੀ ਦੀ ਉਸੇ ਕੀ ਥੀ ਹੱਕ ਤੋ ਇਹ ਹੁਆ ਕਿ ਹੱਕ ਅਦਾ ਨਾ ਹੋਆ ਹੱਕ ਅਦਾ ਨਾ ਹੋਆ ਜਿਸ ਕੰਮ ਲਈ ਆਏ ਸੀ ਉਹ ਕੰਮ ਪੂਰਾ ਨਹੀਂ ਹੋਇਆ ਜਾਨ ਦੇਦੀ ਦੀ ਉਸੇ ਕੀ ਥੀ ਜਾਣਾ ਤਾਂ ਹੈ ਜਾਣਾ ਤਾਂ ਹੈ ਛੱਡਣਾ ਹੈ ਸਾਹਿਬ ਜੀ ਕਹਿੰਦੇ ਨੇ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਤੇ ਉਸ ਤੋਂ ਬਾਅਦ ਕੀ ਕਹਿੰਦੇ ਨੇ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਆਪੇ ਮੰਦੇ ਬੋਲ ਮੰਦੇ ਕਰਮ ਚੰਗੇ ਬੋਲ ਚੰਗੇ ਕਰਮ ਤੇਰੇ ਨਾਲ ਤੇਰੇ ਸਾਥੀ ਹੋਣਗੇ ਤੇਰੇ ਸਾਥੀ ਹੋਣਗੇ ਹੁਣ ਕਿਤਨੀ ਦਫਾ ਆਪ ਜੀ ਨੇ ਦੇਖਿਆ ਜੇਕਰ ਅਗ ਦੇ ਵਿੱਚ ਹੱਥ ਪਾਣਿਆ ਤੇ ਹੱਥ ਉਸੇ ਵੇਲੇ ਸੜਦਾ ਹੈ ਉਸੇ ਵੇਲੇ ਜੇਕਰ ਮੰਦੇ ਕਰਮ ਕਰਦੇ ਆਂ ਤੇ ਉਸੇ ਵੇਲੇ ਆਤਮਾ ਦੁਖੀ ਹੁੰਦੀ ਹੈ ਪਛਤਾਵਾ ਹੁੰਦਾ ਹੈ ਜੇਕਰ ਚੰਗੇ ਕਰਮ ਕਰਦੇ ਆਂ ਆਤਮਾ ਖੁਸ਼ ਹੁੰਦੀ ਹੈ ਖੁਸ਼ ਹੁੰਦੀ ਹੈ ਜੇ ਅੱਗ ਵਿੱਚ ਹੱਥ ਪਾ ਲਿਆ ਹੱਥ ਸੜ ਗਿਆ ਭਾਵੇਂ ਉਹ घाव ਠੀਕ ਹੋ ਜਾਵੇ ਛੇਤੀ ਪਰ ਨਿਸ਼ਾਨ ਅਖੀਰ ਤੱਕ ਵੀ ਰਹਿੰਦਾ ਹੈ ਅਖੀਰ ਤੱਕ ਵੀ ਸਾਹਿਬ ਦੀ ਕਹਿੰਦੇ ਨੇ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਵਣਾ ਹੁਕਮ ਕੀਐ ਮਨ ਭਾਮ ਦੇ ਮਨ ਭਾਮ ਦੇ ਗੁਰੂ ਦੀ ਗੱਲ ਨਹੀਂ ਸੁਣੀ ਗੁਰੂ ਦੀ ਗੱਲ ਨਹੀਂ ਮੰਨੀ ਲੇਕਿਨ ਸਾਰੀ ਜ਼ਿੰਦਗੀ ਖੇਡ ਉਹੀ ਖੇਡਦਾ ਰਿਹਾ ਜੋ ਖੁਦ ਦੀ ਮਰਜ਼ੀ ਹੈ ਖੁਦ ਦੀ ਮਰਜ਼ੀ ਹੈ ਉਹੀ ਰਸ ਪੋਗਦਾ ਰਿਹਾ ਜੋ ਖੁਦ ਦੀ ਮਰਜ਼ੀ ਹੈ ਸਿਆਣੇ ਕਹਿੰਦੇ ਨੇ ਬਹੁਤ ਪਿਆਰੀ ਗੱਲ ਕਹਿ ਦਿੱਤੀ ਸਿੱਖ ਪੰਥ ਦੇ ਮਹਾਨ ਵਿਦਵਾਨ ਪੰਥ ਰਤਨ ਕਹਿੰਦੇ ਨੇ ਮਨੁੱਖ ਦਾ 90% ਦੀ ਮਨ ਜਿਹੜਾ ਹੈਗਾ ਉਹ ਵਿਕਾਰ ਹੀ ਲੋਚਦਾ ਹੈ ਵਿਕਾਰੀ 90% ਦੀ ਔਰ ਕਹਿੰਦਾ ਹੈ ਕਿ ਜੇਕਰ ਹੋਰ ਮੈਂ ਗਹਿਰਾਈ ਦੇ ਨਾਲ ਜਾ ਕੇ ਕਹਾਂ ਤਾਂ 99% ਦੀ 99% ਵਿਕਾਰ ਹੀ ਲੋਚਦਾ ਹੈ ਵਿਕਾਰ ਮੰਦੇ ਅਮਲ 1% ਦੀ ਚੰਗੀ ਗੱਲ ਸੋਚਦਾ ਹੈ 1% ਤੇ ਮੁਬਾਰਕ ਉਹਨਾਂ ਦਾ ਜੀਵਨ ਜਿਹੜੇ 100% ਦੀ ਚੰਗੀ ਗੱਲ ਸੋਚਦੇ ਨੇ ਮੁਬਾਰਕ ਹੈ ਮੁਬਾਰਕ ਐਸਾ ਮਨੁੱਖ ਮਨੁੱਖ ਨਹੀਂ ਹੈ ਐਸਾ ਮਨੁੱਖ ਦਰवेश ਹੈ ਪੀਰ ਹੈ ਔਲਿਆ ਹੈ ਫਕੀਰ ਹੈ ਸਾਹਿਬ ਜੀ ਕਹਿੰਦੇ ਨੇ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੀਏ ਮਨ ਭਾਮ ਦੇ ਰਹਾ ਭੀੜੇ ਅੱਗੇ ਜਾਵਣਾ ਨੰਗਾ ਦੁਜਕ ਚਾਲਿਆ ਤਾਂ ਦਿਸੈ ਖਰਾ ਡਰਾਵਣਾ ਹੁਣ ਆਪ ਜੀ ਨੇ ਕਹਿਣਾ ਹੈ ਕਿ ਮਨੁੱਖ ਦਾ ਸਰੀਰ ਤਾਂ ਇੱਥੇ ਹੀ ਰਹਿ ਗਿਆ ਫਿਰ ਨੰਗਾ ਕੌਣ ਜਾ ਰਿਹਾ ਹੈ ਨੰਗਾ ਕੌਣ ਜਾ ਰਿਹਾ ਹੈ ਸ਼ਰੀਰ ਤਾਂ ਇੱਥੇ ਰਹਿ ਗਿਆ ਕਿਸੇ ਨੇ ਦਫਨ ਕੀਤਾ ਖਾ ਕੇ ਸੁਪਰਦ ਕੀਤਾ ਕਿਸੇ ਨੇ ਅੱਗ ਦੇ ਵਿੱਚ ਸਾੜ ਦਿੱਤਾ ਕਿਸੇ ਨੇ ਪ੍ਰਵਾਹ ਕਰ ਦਿੱਤਾ ਹੁਣ ਨੰਗਾ ਕੌਣ ਜਾ ਰਿਹਾ ਹੈ ਕੌਣ ਸਾਹਿਬ ਜੀ ਕਹਿੰਦੇ ਨੇ ਤੇਰੇ ਜਿੰਨੇ ਵੀ ਗੁਨਾਹ ਸੀ ਜਿੰਨੇ ਵੀ ਗੁਨਾਹ ਆਪਣੇ ਸੰਸਾਰ ਦੇ ਵਿੱਚ ਸ਼ਰੀਰ ਦੇ ਵਿੱਚ ਪਾਵੇਂ ਛਿਪਾ ਕੇ ਰੱਖੇ ਨੇ ਗੁਨਾਹ ਲੇਕਿਨ ਉਹਦੇ ਦਰ ਤੇ ਸਾਰੇ ਦੇ ਸਾਰੇ ਗੁਨਾਹ ਜਾਹਿਰ ਹੋ ਕੇ ਜਾਣਗੇ ਇਸ ਨੂੰ ਕਿਹਾ ਹੈ ਨੰਗਾ ਦੋਜਕ ਚਾਲਿਆ ਨੰਗਾ ਦੋਜਕ ਇੱਕ ਸ਼ਾਇਰ ਕੀ ਲਿਖਦਾ ਹੈ ਬਹੁਤ ਕੀਮਤੀ ਉਹਦੇ ਬੋਲ ਨੇ ਪਰ ਮੈਂ ਉਹਦਾ ਅਰਥ ਸਮਝਾ ਦਵਾਂ ਉਹ ਕਹਿੰਦਾ ਹੈ ਆਪਣੇ ਮਿੱਤਰਾਂ ਨੂੰ ਤੇ ਖੁਦਾ ਨੂੰ ਵੀ ਕਹਿੰਦਾ ਹੈ हे ਖੁਦਾ ਮੈਂ ਤੇਰੇ ਦਰ ਤੇ ਆ ਰਿਹਾ ਕਫਨ ਦੇ ਨਾਲ ਆਪਣਾ ਮੁਖੜਾ ਟੱਕ ਕੇ ਕਫਨ ਦੇ ਨਾਲ ਆਪਣਾ ਮੁਖੜਾ ਟੱਕ ਕੇ ਮੈਂ ਤੇਰੇ ਦਰ ਤੇ ਆ ਰਿਹਾ ਹੁਣ ਕਫਨ ਦੇ ਨਾਲ ਮੁਖੜਾ ਢੱਕਣ ਦਾ ਕੀ ਭਾਵ ਹੈ ਕਿ ਮੈਨੂੰ ਆਪਣੇ ਹੀ ਗੁਨਾਹਾਂ ਤੋਂ ਸ਼ਰਮ ਆ ਰਹੀ ਹੈ ਆਪਣੇ ਹੀ ਗੁਨਾਹਾਂ ਤੋਂ ਮੈਂ ਜਿਹੜੇ ਗੁਨਾਹ ਕੀਤੇ ਨੇ ਮੈਨੂੰ ਸ਼ਰਮ ਆ ਰਹੀ ਹੈ ਔਰ ਮੈਂ ਕਿਵੇਂ ਆਵਾਂ ਤੇਰੇ ਦਰ ਤੇ ਇਸ ਕਰਕੇ ਮੈਂ ਕਫਨ ਦੇ ਨਾਲ ਮੁਖੜਾ ਢੱਕਿਆ ਹੋਇਆ ਹੈ ਮੁਖੜਾ ਢੱਕਿਆ ਹੋਇਆ ਸਾਹਿਬ ਜੀ ਕਹਿੰਦੇ ਨੇ ਨੰਗਾ ਦੋਜਕ ਚਾਲਿਆ ਤਾਂ ਦਿਸੈ ਖਰਾ ਡਰਾਵਣਾ ਕਰ ਆਵਗਣ ਪਛਤਾਵਣਾ ਆਵਗਣ ਕਰਨ ਤੋਂ ਬਾਅਦ ਮਨੁੱਖ ਪਛਤਾਉਂਦਾ ਹੈ ਪਛਤਾਵਾ ਇਹ ਦੋ ਸ਼ਬਦ ਨੇ ਇਹਨਾਂ ਨੂੰ ਗੌਰ ਕਰਕੇ ਸਮਝ ਲੈਣਾ ਪਛਤਾਵਾ ਤੇ ਇਸ ਨੂੰ ਕਹਿੰਦੇ ਨੇ ਪਛਤਾਪ ਤੇ ਦੂਜਾ ਸ਼ਬਦ ਹੈ ਪੂਰਵਤਾਪ ਪੂਰਵਤਾ ਪਛਾਤਾਪ ਕਹਿੰਦੇ ਨੇ ਜਿਹੜਾ ਵਿਕਾਰ ਕੀਤਾ ਉਸ ਤੋਂ ਬਾਅਦ ਤਾਪ ਮਿਲਿਆ ਦੁੱਖ ਮਿਲਿਆ ਪਛਤਾ ਤਾਪ ਜਿਹੜਾ ਕਰਮ ਕੀਤਾ ਉਸ ਤੋਂ ਬਾਅਦ ਉਸ ਨੂੰ ਦੁੱਖ ਮਿਲਿਆ ਪਛਤਾ ਤਾਪ ਔਰ ਇੱਕ ਹੁੰਦਾ ਹੈ ਪੂਰਵ ਤਾਪ ਤੇ ਪੂਰਵ ਤਾਪ ਉਸ ਨੂੰ ਕਹਿੰਦੇ ਨੇ ਗੁਨਾਹ ਕਰਨ ਤੋਂ ਪਹਿਲਾਂ ਹੀ ਸੋਚ ਲੈਣਾ ਪਹਿਲਾਂ ਹੀ ਸੋਚ ਲੈਣਾ ਜੇਕਰ ਗੁਨਾਹ ਕਰਨ ਤੋਂ ਪਹਿਲਾਂ ਹੀ ਮਨੁੱਖ ਨੇ ਸੋਚ ਲਿਆ ਤੇ ਫਿਰ ਪਛਤਾ ਤਾਪ ਨਹੀਂ ਹੋਵੇਗਾ ਕਿਉਂਕਿ ਗੁਨਾਹ ਨਹੀਂ ਕੀਤਾ ਨਹੀਂ ਕੀਤਾ ਸਾਹਿਬ ਜੀ ਕਹਿੰਦੇ ਨੇ ਕਰ ਆਉਗਣ ਪਛਤਾਵਣਾ ਪਛਤਾਵਣਾ ਧਾਨ ਗੁਰੂ ਅਰਜਨ ਦੇਵ ਸਾਹਿਬ ਦੇ ਬੋਲ ਨੇ ਸਾਹਸਕ੍ਰਿਤ ਵਿੱਚ ਮੈਂ ਅਰਜ ਕਰਕੇ ਕਥਾ ਦੀ ਸਮਾਪਤੀ ਬਲਾਉਣਾ ਸਾਹਿਬ ਜੀ ਕਹਿੰਦੇ ਨੇ ਕਿ ਜੇਕਰ ਮਨ ਦੇ ਵਿੱਚ ਵਿਕਾਰ ਪੈਦਾ ਹੋਣ ਹੁੰਦੇ ਨੇ ਜੇਕਰ ਮਨ ਦੇ ਵਿੱਚ ਵਿਕਾਰ ਪੈਦਾ ਹੋਵਣ ਪਾਪ ਦੇ ਵਿਚਾਰ ਪੈਦਾ ਹੋਣ ਤਾਂ ਉਸ ਗੁਨਾਹ ਨੂੰ ਉਸ ਪਾਪ ਨੂੰ ਕੱਲ ਤੇ ਛੱਡ ਦੇਣਾ ਕੱਲ ਤੇ ਕਿ ਮੈਂ ਗੁਨਾਹ ਕਰਾਂਗਾ ਪਾਪ ਕਰਾਂਗਾ ਪਰ ਅੱਜ ਨਹੀਂ ਕੱਲ ਕੱਲ ਜੇਕਰ ਤੇਰੇ ਮਨ ਵਿੱਚ ਇਹ ਭਾਵ ਪੈਦਾ ਹੋਵੇ ਕਿ ਮੈਂ ਧਾਰਮਿਕ ਕੰਮ ਕਰਨਾ ਹੈ ਮੈਂ ਪੁੰਨ ਕਰਨਾ ਹੈ ਸਾਹਿਬ ਜੀ ਕਹਿੰਦੇ ਨੇ ਅੱਜ ਹੀ ਕਰ ਲੈਣਾ ਹੁਣੇ ਹੀ ਕਰ ਲੈਣਾ ਹੁਣੇ ਹੀ ਹੁਣ ਇਹ ਦੋ ਗੱਲਾਂ ਕਹਿ ਦਿੱਤੀਆਂ ਨੇ ਜੇ ਪੁੰਨ ਕਰਨਾ ਹੈ ਤਾਂ ਹੁਣੇ ਹੀ ਜੇ ਪਾਪ ਕਰਨਾ ਹੈ ਤਾਂ ਫਿਰ ਕੱਲ ਕਰਨਾ ਕੱਲ ਐਸਾ ਕਿਉਂ ਸਾਹਿਬ ਜੀ ਕਹਿੰਦੇ ਨੇ ਕਿ ਜੇਕਰ ਪੁੰਨ ਕਰਨਾ ਹੈ ਤਾਂ ਹੁਣੇ ਹੀ ਕਰ ਲੈ ਕਿਤੇ ਐਸਾ ਨਾ ਹੋਵੇ ਕਿ ਕੱਲ ਤੱਕ ਬਿਰਤੀ ਬਦਲ ਜਾਵੇ ਤੇ ਪੁੰਨ ਅੱਜ ਕਰਨਾ ਸੀ ਤੇ ਕੱਲ ਮਨ ਕਹਿ ਦੇਵੇ ਹੁਣ ਨਹੀਂ ਕਰਨਾ ਪੁੰਨ ਨਹੀਂ ਕਰਨਾ ਇਸ ਕਰਕੇ ਪੁੰਨ ਕਰਨਾ ਹੈ ਹੁਣੇ ਹੀ ਕਰ ਲੈ ਹੁਣੇ ਹੀ ਕਰ ਲੈ ਪਰ ਜੇ ਪਾਪ ਦੀ ਗੱਲ ਹੈ ਤੇ ਪਾਪ ਨੂੰ ਕੱਲ ਤੇ ਛੱਡ ਦੇ ਕੱਲ ਤੇ ਕੱਲ ਤੇ ਇਸ ਕਰਕੇ ਹੋ ਸਕਦਾ ਹੈ ਕੱਲ ਤੱਕ ਐਸਾ ਕੋਈ ਗੁਰਮੁਖ ਮਿਲ ਜਾਵੇ ਐਸੀ ਗੁਰੂ ਦੀ ਰਹਿਮਤ ਹੋ ਜਾਵੇ ਕਿ ਕੱਲ ਤੱਕ ਸਾਡੀ ਸੋਚ ਬਦਲ ਜਾਵੇ ਸਾਡੇ ਖਿਆਲਤ ਬਦਲ ਜਾਣ ਔਰ ਪਾਪ ਹੋਣ ਤੋਂ ਬਚ ਜਾਈਏ ਅਸੀਂ ਬਚ ਜਾਈਏ ਤਾਂ ਸਾਹਿਬ ਜੀ ਕਹਿੰਦੇ ਨੇ ਕਪੜ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੀਏ ਮਨ ਭਾਵ ਦੇ ਰਹਾ